ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8482701917। ਸੋ ਅੱਜ ਦੀ ਵੀਡੀਓ 4 ਬੈਡਾਂ ਦਿਖਾਵਾਂਗੇ, 2 ਕੱਪੜਾਂ, 2 ਸੂਈਆਂ। ਚੜੇਲ ਵੀਰ ਤੋਂ ਪਹੁੰਚਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਨਾਮ ਐਡਰੈਸ ਦੱਸਿਓ ਆਪਣਾ। ਨਾਮ ਹਰਜਿੰਦਰ, ਪਿੰਡ ਭੋਤਨਾ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਆਪਣਾ ਜੀ 8482702252. ਆਪਾਂ 4-5 ਦਿਨ ਹੋ ਗਏ ਜਰਸੀ ਨਾਲ ਉਹਦੇ 2-3 ਨਗ ਦਿਖਾਏ ਸੀ। ਵਧੀਆ ਵੇਖ ਕੇ ਵਧੀਆ ਆਈ ਫੋਨ। ਠੀਕ ਹੈ, ਅੱਜ ਆਪਾਂ ਜਿਹੜੀ ਪਹਿਲੇ ਨੰਬਰ ਤੇ ਬੈਡ ਦੇਖੀ ਜਾਂਦੇ ਹਾਂ, ਕਿਹੜਾ ਸੂਆ ਵੀਰ? ਸੂਈ ਹੈ ਇਹ, ਦੂਜਾ ਸੂਆ। ਸੂਈ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ? ਅੱਜ 6-7 ਦਿਨ ਹੋ ਗਏ। ਤੇ ਧਾਰਾ ਧੂਰਾ ਓਕੇ ਆ? ਓਕੇ ਆ ਜੀ। ਬੱਚਾ ਮੂਹਰੇ ਬੰਨਿਆ, ਆਪਾਂ ਸਮਾਜ ਆ ਗਈ, ਹੈ ਨਾ? ਠੀਕ ਹੈ, ਕਿੰਨਾ ਦੁੱਧ ਹਾਜ਼ਰ ਆ ਹੁਣ? ਦੁੱਧ 18-19 ਕਿਲੋ ਕੰਡੇ ਵਾਲਾ ਹਾਜ਼ਰ ਆ ਜੀ। ਭਾਅ ਇਹਦਾ ਕੀ ਰਹੂਗਾ? ਭਾਅ ਇਹਦਾ 82,000। ਗੁੰਜਾਇਸ਼ ਹੋ ਜੂਗੀ? ਹਾਂ ਜੀ। ਚੋਣ ਚਵਾ ਦੀ ਇੱਕ ਨੰਬਰ ਧੋਰੀ ਬਾਹਰ ਲੋ। ਸੁਭਰੋ 82,000 ਰੁਪਇਆ ਕੀਮਤ ਆ। ਸੁਭਰੋ ਕੱਦ ਕਾਠ ਵਗੈਰਾ ਦੇਖੋ, ਬੈਡ ਦਾ ਬਹੁਤ ਚੰਗਾ ਸਾਫ਼ ਸੁਥਰਾ। ਦੂਜਾ ਸੂਆ ਸੂਈ ਸਫਾਈ, ਬੱਚਾ ਮੇਲ ਕਾਫਾ, ਜੇਰ ਧਾਰਾ ਟੋਟਲ ਕੰਮ ਹੋ ਗਿਆ। ਬੱਚੀ ਆ ਪਿੱਛੇ? ਸੋ ਪਿੱਛੇ ਵੀ ਬੱਚਾ ਇਹਦੇ, ਬੱਚੀ ਆ, ਫੀਮੇਲ ਕਾਫ ਆ ਬੱਚੀ। ਤੇ ਲਗਭਗ 24 ਸਿੱਗੀ ਹੋਣੀ ਆ, ਹੈ ਨੰਦਾ ਜੀ ਹੋਊਗੀ ਬੈਡ। ਤੇ ਰਾਜੀ ਰੂਜੀ ਖੈਰ ਚੰਗੀ ਆ, ਵਧੀਆ ਸ਼ਾਮ ਦਾ ਟਾਈਮ ਆ ਹੁਣ, ਚਵਾਈ ਹੋਣੀ ਆ। ਬੱਚਾ ਮੂਹਰੇ ਬੰਨ ਲਿਆ, ਆਪਾਂ ਸਮਾਜ ਬੈਡ ਆਈ ਵੀ ਆ। ਕੱਦ ਕਾਠ ਬਹੁਤ ਚੰਗਾ ਤੇ 18 ਲੀਟਰ ਆਪਾਂ 2 ਟਾਈਮ ਵੀਰੇ ਚਵਾ ਦਾਂਗੇ, ਸੌਦਾ ਕਰੂ ਬੰਦਾ ਆਪਣੇ ਨਾਲ। ਠੀਕ ਆ, ਅੰਦਾਜ਼ਾ ਕਿੰਨਾ ਕੁ ਪਾਉ ਤੁਹਾਡੇ ਹਿਸਾਬ ਨਾਲ? ਕਿੰਨਾ ਜੀ? 22 ਕਿਲੋ ਦੁੱਧ ਦੇ ਦੂਗੀ ਤੇ ਥਣਾ ਦੇ ਓਕੇ ਆ ਜਾਵਾਂ, ਹੈ ਨਾ? ਤੇ ਨਿਆਣਾ ਨੂਣਾ ਪਹੁੰਚਦੀ ਵਧੀਆ? ਅੱਗੇ 2 ਨੰਬਰ ਫੇਰ ਬੱਚੀ ਆ ਪਿੱਛੇ ਇਹਦੇ, ਹੈ ਨਾ? ਐਰ ਸ਼ਹਿਰ ਦੀ ਬੱਚੀ ਆ ਗਈ ਤੇ ਆਪ ਆ ਗਈ ਤੁਹਾਡੇ ਸਾਹੀਵਾਲ ਦੇ ਬਲੱਡ 'ਚ। ਕਿਹੜਾ ਸੂਆ ਸੂਈ ਆ? ਤੇ ਕਿਆ 1 ਵਜੇ ਸੂਈ ਆ ਇਹ? ਜੀ ਅਰਜ ਆਪਾਂ ਡਨ ਨਾ। ਕੁਛ ਚੋਇਆ ਬੋਲਾ ਕਿ ਨਹੀਂ ਚੋਇਆ? ਕਿੰਨੇ ਕੁ ਚੋਤਾ ਜੀ? 4 ਕਿਲੋ ਪੜਤਾ ਜੀ। ਚੋਣ ਚਵਾ 1 ਨੰਬਰ। ਅੰਦਾਜ਼ਾ ਦੁੱਧ ਕਿੰਨਾ ਕੁ ਦੇ ਦੂਗੀ? ਠੀਕ ਹੈ, ਤੇ ਭਾਅ ਇਹਦਾ ਕੀ ਰਹੂਗਾ? ਗੁੰਜਾਇਸ਼ ਹੋ ਜੂਗੀ ਧੋਰੀ ਬਾਹਰ? ਸਬਰ ਪਿੱਛੇ ਇਹਦੇ ਬੱਚੀ ਆ, 62,000 ਰੁਪਇਆ ਕੀਮਤ ਆ। ਪਲੂਣ ਪਹਿਲਾ ਸੂਆ ਸੂਈ ਆ, ਰਾਜੀ ਮੂੰਹ ਮੱਥੇ ਲੱਗਦੀ, ਸਾਹੀਵਾਲ ਦੇ ਬਲੱਡ 'ਚ ਆ ਗਈ। ਤੇ ਪਿੱਛੇ ਬੱਚੀ ਦੇਖੋ, ਇਹਨੇ ਕਿਆ ਬਾਤਾਂ ਦਿੱਤੀ ਆ, ਬਹੁਤ ਸੋਹਣੀ ਬੱਚੀ ਦਿੱਤੀ ਆ। ਤੇ ਲੇਵਾ ਦੇਖੋ, ਪਹਿਲੇ ਸਵੇਰੇ 4 ਕੁ ਲੀਟਰ ਵੀਰ ਨੇ ਸਵੇਰੇ ਬੋਲਾ ਚੋਇਆ ਜਦੋਂ ਸੂਈ ਆ ਇਹ। ਤੇ ਕੱਦ ਕਾਠ ਚੰਗਾ, ਜਿੰਦ ਜਾਣ ਬਹੁਤ ਆ, ਅਤੇ ਬਾਕੀ ਬਿਊਟੀ ਵਗੈਰਾ ਵੀ ਬਹੁਤ ਜ਼ਿਆਦਾ ਚੰਗੀ ਆ। ਰਾਜੀ ਸਮੀ ਬੜੀ ਵੀ ਵੱਡੀ ਵੱਡੀ ਬਹੁਤ ਜ਼ਿਆਦਾ, ਲਿਸੀ ਨਾ ਵੀ ਕਿਸੇ ਪਾਸੇ ਹੋਣੀ ਹੈਗੀ ਹੈ। ਅਤੇ 3 ਨੰਬਰ 'ਤੇ ਆਪਾਂ ਜਰਸੀ ਦੇਖੀ ਜਾਂਦੇ ਹਾਂ, ਕਿਹੜਾ ਸੂਆ ਸੂੰਦੀ ਆ ਵੀਰ? ਕਿਆ 1 ਦਿਨ ਲੈਂਦੇ ਆ ਸੂਣ ਦੇ? 7-8 ਦਿਨ। 7-8 ਦਿਨ ਸੂਣ 'ਚ ਬਾਕੀ। ਅਤੇ ਮਾਲਕਾਂ ਨੇ ਦੁੱਧ ਕਿੰਨਾ ਕੁ ਦੱਸਿਆ ਪਹਿਲੇ ਸੂਏ ਦੇ? 18-19 ਕਿਲੋ ਦੁੱਧ ਚੋਇਆ ਵਾ ਜੀ ਪਹਿਲਾਂ। 18-19 ਕਿਲੋ ਦੁੱਧ ਪਲੂਣ ਦਾ ਚੋਇਆ ਵਾ, ਹੁਣ ਦਿਨ ਕੱਢ ਜੂ ਹਫ਼ਤਾ ਲਗਭਗ ਕੱਢ ਜੂ, ਤੇ ਫਿਰ ਤਾਂ ਜਮਾ ਸਿੱਪੀਓ ਸੱਪ ਬਣ ਜੂ, ਹਨਾ? ਦੁੱਧ ਮੰਨ ਕੇ ਚਲੋ 22 ਕਿਲੋ ਦੁੱਧ ਕੱਢ ਦਾਂਗੇ। 20 ਕਿਲੋ ਤੋਂ ਪਾਰ ਦੁੱਧ ਮੰਨ ਕੇ ਲੈ ਲਏ, ਇਹਦਾ ਭਾਅ ਯਾਰ ਕੀ ਰਹੂਗਾ? ਇਹਦਾ 72,000 ਜੀ। ਗੁੰਜਾਇਸ਼ ਹੋ ਜੂ ਧੋਰੀ ਬਾਹਰ ਨੂੰ? ਸੋ ਫਿਰ ਇਹਦਾ 3 ਨੰਬਰ ਵਾਲੀ ਜਰਸੀ ਦਾ ਭਾਅ ਰੂ 72,000। ਅਤੇ ਹਵਾਨਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ, ਬਾਰਡਰ ਬਾਕਸ ਲਾਈ ਫਿਰਦੇ ਥੱਲੇ, ਹਲੇ ਹਫ਼ਤਾ ਬਾਕੀ ਪਿਆ, ਹਫ਼ਤੇ ਨੂੰ ਕੋਸ ਦਾ ਕੋਸ ਮੰਨ ਜਾ ਰਹੇ ਨੇ। ਅਤੇ ਕੀਮਤ ਹੈਗੀ 72,000 ਰੁਪਇਆ। ਰਾਜੀ ਬਹੁਤ ਆ, ਪਲੀ ਵੀ ਵਹਿੜ ਆ ਗਈ, ਜਰਸੀ 'ਚ ਆ ਗਈ। ਅਤੇ ਤੋਰਾ ਵਗੈਰਾ ਦੇਖੋ ਜਿਵੇਂ ਕਿਆ ਬਾਤ ਆ, ਝੂਮ ਝੂਮ ਕੇ ਤੁਰਦੀ ਆ, ਲੱਤ ਨਹੀਂ ਮੁੜਦੀ, ਅਤੇ ਲੱਤ ਮੁੜਨੀ ਵੀ ਨਹੀਂ, ਹਫ਼ਤੇ ਨੂੰ ਜਿੱਦਾਂ ਸੂਹ 'ਤੇ ਡਾਲੇ 'ਤੇ ਹੋਈ ਜਾਵਾਂ। ਅਤੇ ਸਾਫ਼ ਸੁਥਰੀ ਗੱਭਣ ਆ ਗਈ, ਸੂਣ 'ਚ ਕੁਝ ਕੁ ਟਾਈਮ ਇਹਦਾ ਬਾਕੀ ਤਾਂ। ਕੀਮਤ 72,000 ਆ। ਅਤੇ ਥਣ ਜਮਾ ਗੁੱਲੇ ਵਾਲਾ, ਕਿਆ ਬਾਤ ਆ, ਹੱਥੀ ਚਵਾਈ ਵਾਲਾ ਸੋਹਣਾ ਥਣ ਇਹਨੇ ਕਰਮਾ ਵੇਲੇ ਕੱਢਣਾ ਹੈਗਾ, ਚਾਰੇ ਥਾਂ ਨਿਕਲਵੇਂ, ਅਤੇ ਠੰਡੀ ਠੁੰਡੀ ਵੀਰੇ ਬਹੁਤ ਆ, ਹੈ ਨਾ? ਠੀਕ ਆ, ਅੱਗੇ ਆਪਾਂ ਤੇਰੀ HF ਦੇਖੀ ਜਾਂਦੇ, ਕਿਹੜਾ ਸੂਆ ਸੂਦੀ ਆ? ਇਹ ਪਹਿਲਾ ਸੂਆ। ਦੰਦੋ ਕਿਵੇਂ ਆ? ਇਹ 6 ਦੰਦ। ਦੰਦੋ 6 ਦੰਦ? ਅਤੇ ਕਿਆ 1 ਦਿਨ ਕੱਢਦੀ ਆ? ਅਜੇ ਅਜੇ ਇਹਦੇ 8 ਦਿਨ ਪਏ ਜੀ। ਤੁਹਾਨੂੰ ਪਲਾਈਆਂ ਪਾਉਣ ਲੱਗ ਗਈ, ਹੈ ਨਾ? ਬਾਕੀ ਕੱਦ ਕਾਠ ਬਹੁਤ ਆ, ਅਤੇ ਅੰਦਾਜ਼ਾ ਦੁੱਧ ਕਿੰਨਾ ਕੁ ਪਾਦੂਗੀ? ਠੀਕ ਹੈ, ਇਹਦਾ ਭਾਅ ਕੀ ਰਹੂਗਾ? ਇਹਦਾ ਭਾਅ 1 ਦਾ। ਗੁੰਜਾਇਸ਼ ਹੋ ਜੂਗੀ? ਹਾਂਜੀ।
ਧੋਰੀ ਬਾਰ ਨੂੰ 1,10,000 ਰੁਪਏ ਕੀਮਤ ਆ। ਗੁੰਜਾਇਸ਼ ਇਹਦੇ ਵਿੱਚੋਂ ਥੋੜ੍ਹੀ ਬਹੁਤੀ ਹੋ ਜਾਣੀ ਆ, ਦੰਦੋਂ ਲਗਭਗ ਜਵਾਨ ਹੋਊਗਾ ਨਾ ਸਰ, ਥੋੜ੍ਹੀ ਵੱਡੀ ਹੋਈ ਬਣੀ ਆ, ਹੈ ਨਾ। ਸੋ ਫੇਸ ਕੁਆਲਿਟੀ ਬੋਦੀ ਵਗੈਰਾ ਦੇਖੋ, ਬਰੀਡ ਬਰੂਡ ਵਹਿਰ ਚ ਪੂਰੀ, ਟੀਕਾ ਵਗੈਰਾ ਤਾਂ ਨਹੀਂ ਪੁੱਛਿਆ ਕੁਛ ਆਪਾਂ, ਸੋ ਟੀਕਾ ਵਗੈਰਾ ਵੀਰ ਕਹਿੰਦੇ ਪੁੱਛਿਆ ਨਹੀਂ ਕੋਈ ਨਹੀਂ, ਪਰ ਬੈਠ ਦੇਖੋ ਜਮਾਂ ਲੇਵਾ ਲਾ ਲਿਆ ਮਾਰਦਾ, ਅਤੇ ਪੂਰਾ ਫਿਟਿੰਗ ਵਾਲਾ ਲੇਵਾ ਜਮਾਂ, ਕਿਆ ਬਾਤ ਹੈ, ਸਾਫ਼ ਸੁਥਰਾ ਰਾਜੀ ਬਹੁਤ ਆ। ਸੋ 25-26 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾ। ਚਾਰ ਆਪਾਂ ਤੁਹਾਨੂੰ ਦਿਖਾਤੇ ਜਾਨਵਰ, ਦੋ ਗੱਭਣਾ ਦੋ ਸੂਈਆਂ ਵੀ ਆ, ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ, ਅਤੇ ਜਰਸੀ ਦੇ ਦਰਸ਼ਨ ਇੱਕ ਵਾਰ ਫੇਰ ਕਰਾ ਦਈਏ ਪੂਰੀ ਸਾਫ਼ ਸੁਥਰੀ। ਅਤੇ ਵੀਰ ਨੰਬਰ ਬੋਲੀ ਦੁਬਾਰੇ ਆਪਣਾ 82-78-42-54। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਕਿਸੇ